ਜਿਸਨੋਂ ਬਖਸ਼ੇ ਸਿਫਤ ਸਲਾਹਾ, ਸਲਾਮ ਜਿਸ ਨਾਮ
Oh.
बख्शे सिफत सलाम।
ਚੱਟ ਖੇਤ ਨੂੰ ਵਾਵੇ ਨਾ, ਬੀਜ ਪਾਵੇ ਨਾ, ਗੋਡੀ ਕਰੇ ਨਾ। ਪਿਆਰੇ ਉਹ ਭਾਵੇਂ ਜਿੰਨੀਆਂ ਮਰਜ਼ੀ ਬਾਰਿਸ਼ਾਂ ਪੈ ਜਾਣ, ਜਿੰਨੀਆਂ ਮਰਜ਼ੀ ਧੁੱਪਾਂ ਲੱਗ ਜਾਣ, ਕਣਕ ਝੋਨਾ ਏਦਾਂ ਕੋਈ ਵੀ ਫਸਲ ਉੱਗ ਨਹੀਂ ਸਕਦੀ। ਕਾਰਨ ਕੀ? ਪਹਿਲੇ ਜੱਟ ਨੇ ਖੇਤ ਦੇ ਵਿੱਚ ਬੀਜ ਹੀ ਨਹੀਂ ਪਾਇਆ, ਬੀਜ ਹੀ ਨਹੀਂ ਪਾਇਆ। ਬੀਜ ਪਾਵੇਗਾ ਤਾਂ ਹੀ ਕੋਈ ਫਸਲ ਉੱਗੇਗੀ। ਇਸੇ ਲਈ ਸਹਿਬ ਬਾਣੀ 'ਚ ਕਹਿੰਦੇ ਨੇ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਪਿਆਰਿਆ, ਕਲਯੁੱਗ ਦਾ ਸਮਾਂ ਤੇ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਨਾਮ ਨੂੰ ਬੀਜ ਲੈ, ਬੀਜਣਾ ਕਰ, ਤੇ ਇਹਦਾ ਫਿਰ ਲਾਭ ਕੀ ਹੋਵੇਗਾ? ਕਿਸਾਨ ਖੇਤ ਦੇ ਵਿੱਚ ਕੋਈ ਬੀਜ ਪਾਵੇ, ਜਿਹੋ ਜਿਹਾ ਬੀਜ ਪਾਵੇ ਉਹੋ ਜਿਹਾ ਫਲ ਲੱਗਦਾ ਹੈ। ਤੇ ਮਨਾ, ਜੇ ਤੂੰ ਆਪਣੇ ਸਰੀਰ ਰੂਪੀ ਖੇਤ ਦੇ ਅੰਦਰ ਨਾਮ ਦਾ ਬੀਜ ਪਾਵੇਂਗਾ, ਆਪਣੇ ਅੰਦਰ ਗੁਰੂ ਦੀ ਸਿਫਤ ਸਲਾਹ ਦਾ ਬੀਜ ਪਾਵੇਂਗਾ, ਤੇ ਫਿਰ ਮਹਾਰਾਜ ਨੇ ਬਾਣੀ 'ਚ ਮੋਹਰ ਲਾ ਦਿੱਤੀ, ਇਹਨੂੰ ਫਲ ਕੀ ਲੱਗੇਗਾ? ਜਿਸਨ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪਿਆਰ ਨਾਲ ਆਖੋ ਸਾਰੇ ਸਤਨਾਮ, ਇੱਕ ਵਾਰੀ ਮੁੜ ਆਖੋ ਵਾਹਿਗੁਰੂ। ਪਿਆਰਿਓ, ਨਾਮ ਨੂੰ ਬੀਜ ਲੈ, ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ। ਆ ਆਦਮ ਬਾਦਸ਼ਾਹ ਹੋਇਆ, ਸਵਾ ਮਨ ਫੁੱਲਾਂ ਦੀ ਸੇਜ ਵਿਛਾਉਣੀ ਤੇ ਉਹਦੇ ਉੱਪਰ ਇਹਨੇ ਆਰਾਮ ਕਰਨਾ। ਸਵਾ ਮਨ ਫੁੱਲਾਂ ਦੀ ਸੇਜ ਵਿਛਾ ਕੇ, ਧਿਆਨ ਦੇਣਾ ਸਾਰੇ, ਜਿਹਦੀ ਡਿਊਟੀ ਸੀ ਸੇਜ ਤਿਆਰ ਕਰਨ ਦੀ ਇਹਦੀ ਗੋਲੀ ਦੀ, ਇੱਕ ਦਿਨ ਫੁੱਲ ਵਿਛਾਉਣ ਦੇ ਲਈ ਆਈ ਤੇ ਅੱਜ ਜਦੋਂ ਸੇਜ ਤਿਆਰ ਕੀਤੀ ਤੇ ਉਹਦੇ ਮਨ ਵਿੱਚ ਚਾਹ ਆ ਗਿਆ ਕਿ ਜਦੋਂ ਬਾਦਸ਼ਾਹ ਇਸ ਸੇਜ ਤੇ ਆਰਾਮ ਕਰਦਾ ਹੋਏਗਾ ਤੇ ਕਿੰਨਾ ਆਨੰਦ ਆਉਂਦਾ ਹੋਏਗਾ ਉਹਨੂੰ। ਸਵਾ ਮਨ ਫੁੱਲਾਂ ਦੀ ਸੇਜ ਵਿਛਣੀ ਫਿਰ ਆਰਾਮ ਕਰਨਾ ਤੇ ਕਿੰਨਾ ਆਨੰਦ ਆਉਂਦਾ ਹੋਏਗਾ। ਤੇ ਇਹ ਗੱਲ ਗੋਲੀ ਨੇ ਆਪਣੇ ਮਨ 'ਚ ਸੋਚੀ ਤੇ ਇਹ ਗੱਲ ਨੂੰ ਸੋਚ ਕੇ ਕੀ ਕਰਦੀ ਏ, ਵੇਖਿਆ ਆਦਮ ਬਾਦਸ਼ਾਹ ਤੇ ਅਜੇ ਆਇਆ ਨਹੀਂ, ਤੇ ਕਿਉਂ ਨਾ ਹੋਵੇ ਦੋ ਮਿੰਟ ਮੈਂ ਬਹਿ ਕੇ ਇਸ ਸੇਜ ਦੇ ਉੱਪਰ ਆਨੰਦ ਲੈ ਲਵਾਂ। ਜਦੋਂ ਦੋ ਮਿੰਟ ਦੇ ਲਈ ਬੈਠੀ ਸੇਜ ਦੇ ਉੱਪਰ, ਹਰ ਪਾਸਿਓਂ ਫੁੱਲਾਂ ਦੀ ਖੁਸ਼ਬੂ, ਬੜਾ ਆਨੰਦ ਆ ਰਿਹਾ ਬੈਠੀ ਨੂੰ, ਤੇ ਬੈਠੀਆਂ ਬੈਠੀਆਂ ਅੱਖ ਲੱਗ ਗਈ। ਧਿਆਨ ਦੇਣਾ ਜੀ, ਬੈਠੀਆਂ ਬੈਠੀਆਂ ਅੱਖ ਲੱਗ ਗਈ। ਤੇ ਇਹਨੇ ਨੂੰ ਜਦੋਂ ਆਦਮ ਬਾਦਸ਼ਾਹ ਆਇਆ, ਉਹਨੇ ਵੇਖਿਆ ਕਿ ਮੇਰੀ ਸੇਜ ਦੇ ਉੱਪਰ ਗੋਲੀ ਲੰਬੇ ਪਈ ਏ, ਗੋਲੀ ਆਰਾਮ ਕਰ ਰਹੀ, ਮੇਰੀ ਨੌਕਰਾਣੀ ਆਰਾਮ ਕਰ ਰਹੀ ਏ। ਤੇ ਗੁੱਸਾ ਚੜ ਗਿਆ ਕਿ ਇੰਨੀ ਗੁਸਤਾਖੀ, ਸੋਟੀ ਲਈ ਤੇ ਸੋਟੀ ਦੇ ਨਾਲ ਆਪਣੀ ਗੋਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਮਾਰਨਾ ਸ਼ੁਰੂ ਕਰਤਾ। ਤੇ ਪਿਆਰਿਓ, ਜਿਸ ਵੇਲੇ ਗੋਲੀ ਨੂੰ ਮਾਰ ਰਿਹਾ ਤੇ ਗੋਲੀ ਕੁੱਟ ਪੈ ਰਹੀ ਏ, ਜਿੱਥੇ ਸੋਟੀਆਂ ਪੈਣ ਦੇ ਕਰਕੇ ਨੇਤਰਾਂ ਚੋਂ ਜਲ ਵਗ ਰਿਹਾ, ਉੱਥੇ ਨਾਲ ਨਾਲ ਰੋਂਦਿਆਂ ਰੋਂਦਿਆਂ ਕਿਤੇ ਕਿਤੇ ਹੱਸੀ ਵੀ ਜਾ ਰਹੀ ਏ, ਹੱਸਦੀ ਵੀ ਏ। ਤੇ ਉਸ ਵੇਲੇ ਆਦਮ ਬਾਦਸ਼ਾਹ ਬੜਾ ਹੈਰਾਨ ਹੋਇਆ ਤੇ ਕੀ ਕਹਿੰਦਾ, ਕਹਿਣ ਲੱਗਾ, ਉਹ ਗੋਲੀਏ, ਉਹ ਮੇਰੀ ਨੌਕਰਾਣੀ ਏ, ਮੈਨੂੰ ਇੱਕ ਗੱਲ ਦੀ ਤੇ ਸਮਝ ਆਈ ਕਿ ਤੈਨੂੰ ਮਾਰ ਪੈ ਰਹੀ ਏ, ਤੂੰ ਰੋ ਰਹੀ ਏ, ਪਰ ਮੈਨੂੰ ਇਹ ਸਮਝ ਨਹੀਂ ਆਈ ਵਿੱਚ ਵਿੱਚ ਹੱਸਦੀ ਕਿਉਂ ਏ। ਤੇ ਉਸ ਵੇਲੇ ਗੋਲੀ ਹੱਸ ਕੇ ਕੀ ਕਹਿੰਦੀ, ਕਹਿਣ ਲੱਗੀ, ਉਹ ਬਾਦਸ਼ਾਹ, ਮੈਨੂੰ ਹਾਸਾ ਆਪਣੇ ਆਪ ਤੇ ਨਹੀਂ, ਤੇਰੇ ਤੇ ਆ ਰਿਹਾ। ਉਹ ਕਹਿੰਦਾ, ਕਿਉਂ, ਮੇਰੇ ਤੇ ਕਿਉਂ ਹੱਸਦੀ ਏ?
ਤੇ ਉਸ ਵੇਲੇ ਉਹ ਗੋਲੀ ਕੀ ਕਹਿੰਦੀ, ਉਹ ਬਾਦਸ਼ਾਹ ਮੈਂ ਅੱਜ ਕੁਝ ਮਿੰਟਾਂ ਦੇ ਲਈ ਇਸ ਫੁੱਲਾਂ ਦੀ ਸੇਜ ਤੇ ਆਰਾਮ ਕੀਤਾ ਤੇ ਮੈਨੂੰ ਇੰਨੀ ਸਜ਼ਾ ਮਿਲੀ ਕਿ ਤੂੰ ਮੈਨੂੰ ਇੰਨੀਆਂ ਸੋਟੀਆਂ ਮਾਰੀਆਂ। ਮੈਨੂੰ ਇਹ ਹਾਸਾ ਪਿਆ ਆਉਂਦਾ, ਤੂੰ ਰੋਜ਼ ਇਹ ਫੁੱਲਾਂ ਦੀ ਸੇਜ ਤੇ ਆਰਾਮ ਕਰਦਾ, ਨਾਮ ਨਹੀਂ ਜਪਦਾ। ਇੱਕ ਦਿਨ ਮੈਂ ਆਰਾਮ ਕੀਤਾ ਕੁਝ ਮਿੰਟਾਂ ਦੇ ਲਈ ਤੇ ਮੈਨੂੰ ਇੰਨੀ ਸਜ਼ਾ ਮਿਲੀ, ਤੂੰ ਰੋਜ਼ ਇਸ ਸੇਜ ਦੇ ਉੱਪਰ ਸੋਨਾ ਨਾਮ ਜਪੇ ਤੋਂ ਬਿਨਾਂ ਤੇ ਤੈਨੂੰ ਧਰਮ ਰਾਜ ਕੋਲੋਂ ਕਿੰਨੀ ਸਜ਼ਾ ਮਿਲੇਗੀ? ਆਖੋ ਸਤਨਾਮ। ਜਦੋਂ ਪਿਆਰਿਓ ਇਹ ਗੱਲ ਸੁਣੀ ਤੇ ਉਸ ਵੇਲੇ ਗੱਲ ਤੀਰ ਵਾਂਗ ਵੱਜੀ ਬਾਦਸ਼ਾਹ ਦੇ ਹਿਰਦੇ ਤੇ, ਤੀਰ ਵਾਂਗ ਤੇ ਇਤਿਹਾਸ ਲਿਖਦਾ ਉਹਨੂੰ ਇੰਨੀ ਗੱਲ ਸੁਣ ਕੇ ਗਿਆਨ ਹੋ ਗਿਆ, ਗਿਆਨ ਮਨ ਬੈਰਾਗੀ ਹੋ ਗਿਆ। ਅਰਦਾਸ ਕਰਿਓ ਸਾਨੂੰ ਵੀ ਸੰਗਤ ਦੇ ਵਿੱਚ ਆ ਕੇ ਕਿਸੇ ਗੱਲ ਦੀ ਕੋਈ ਸੱਟ ਇਹ ਸਿਰਦੇ ਨੂੰ ਵੱਜ ਜਾਵੇ ਤਾਂ ਜੋ ਜੀਵਨ 'ਚ ਚੱਲਣ ਦੀ ਸੇਧ ਮਿਲੇ। ਸੇਧ ਪਿਆਰਿਓ, ਸੇਧ ਮਿਲ ਜਾਵੇ। ਜਦੋਂ ਇਹਦਾ ਮਨ ਬੈਰਾਗੀ ਹੋਇਆ, ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਕੇ ਜੰਗਲਾਂ 'ਚ ਭਗਤੀ ਕਰਨ ਚਲਿਆ ਗਿਆ। ਜੰਗਲਾਂ 'ਚ ਭਗਤੀ ਕਰਨ, ਹਰ ਗੱਲ ਤੋਂ ਸਿੱਖਿਆ ਲੈਣਾ ਸਤਸੰਗੀਓ। ਮਹਾਰਾਜ ਵੀ ਬਾਣੀ 'ਚ ਕਹਿੰਦੇ ਨੇ, ਜੇ ਅਸੀਂ ਕੇਵਲ ਸੇਜਾਂ 'ਤੇ ਸੌਂਦੇ ਹਾਂ, ਸੌਣ ਤੋਂ ਪਹਿਲੇ ਕਮਰੇ ਦੇ ਵਿੱਚ ਚੰਦਨ ਜਾਂ ਇੱਦਾਂ ਖੁਸ਼ਬੋਦਾਰ ਕੋਈ ਚੀਜ਼ਾਂ ਪਾ ਕੇ ਫਿਰ ਸੌਂਦੇ ਹਾਂ, ਨਾਮ ਨਹੀਂ ਜਪਦੇ, ਅੰਮ੍ਰਿਤ ਵੇਲੇ ਨਹੀਂ ਜਾਗਦੇ, ਕੇਵਲ ਇਹੋ ਹੀ ਚੀਜ਼ਾਂ ਨੇ, ਨਾਮ ਨਹੀਂ ਹੈ। ਅਤੇ ਪਿਆਰਿਓ ਮਹਾਰਾਜ ਜੀ ਦੀ ਬਾਣੀ ਨੇ ਵੀ ਕਹਿ ਦਿੱਤਾ, ਸਤਿਗੁਰੂ ਜੀ ਬਾਣੀ 'ਚ ਕੀ ਕਹਿੰਦੇ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਆਖੋ ਸਤਨਾਮ। ਕੇਵਲ ਜੇ ਸੇਜਾਂ 'ਤੇ ਸੌ ਰਹੇ ਹਾਂ, ਇਹਨਾਂ ਦਾ ਆਨੰਦ ਮਾਣ ਰਹੇ ਹਾਂ, ਨਾਮ ਨਹੀਂ ਜਪਦਾ, ਅਤੇ ਫਿਰ ਪਿਆਰਿਓ ਇਹੋ ਹੀ ਨਰਕਾਂ ਦਾ ਮੂੰਹ ਵਿਖਾਉਣਗੀਆਂ, ਨਰਕਾਂ ਦਾ ਮੂੰਹ। ਹਰ ਗੱਲ ਤੋਂ ਸਿੱਖਿਆ ਲੈਣਾ ਬਹੁਤ ਝਾਤੀ, ਜਿੱਥੇ ਅਸੀਂ ਆਰਾਮ ਕਰਦੇ ਹਾਂ ਰਾਤੀ, ਕੋਈ ਗੁਣਾਹ ਨਹੀਂ ਕੋਈ ਆਪਣੇ ਲਈ ਆਰਾਮਦਾਇਕ ਚੀਜ਼ਾਂ ਬਣਾਉਣੀਆਂ ਜਾਂ ਲਿਆਉਣੀਆਂ, ਪਰ ਇੱਕ ਚੀਜ਼ ਹੈ ਸਭ ਚੀਜ਼ਾਂ ਦੇ ਹੁੰਦੇ ਹੋਏ, ਪਿਆਰਿਆ ਇਹੋ ਜਿਹੀ ਨੀਂਦ ਨਾ ਕਿਤੇ ਲਵੀਂ ਜਿਸ ਨੀਂਦ ਦੇ ਕਰਕੇ ਤੇਰਾ ਅੰਮ੍ਰਿਤ ਵੇਲਾ ਹੀ ਰਹਿ ਜਾਵੇ। ਆਖੋ ਸਤਨਾਮ। ਅੰਮ੍ਰਿਤ ਵੇਲਾ ਰਹਿ ਜਾਵੇ, ਇਹੋ ਜਿਹੀ ਨੀਂਦ ਨਾ ਲਵੀਂ ਕਿਤੇ। ਤੋ ਖੈਰ ਉੱਥੇ ਹੀ ਆਇਓ, ਇਹਦਾ ਮਨ ਬੈਰਾਗੀ ਹੋ ਗਿਆ, ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਕੇ ਜੰਗਲਾਂ ਵਿੱਚ ਭਗਤੀ ਕਰਨ ਚਲਿਆ ਗਿਆ ਤੇ ਅੰਦਰੋਂ ਜੁੜ ਗਿਆ। ਅੰਦਰੋਂ ਭਗਤੀ ਕਰਦਾ, ਭਗਤੀ ਕਰਦਿਆਂ 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 ਉਹ ਸਾਹਿਬ ਬਣ ਗਿਆ, ਰੰਗ ਲਾਗਤ 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 ਹੈ, ਰੰਗ ਲੱਗ ਗਿਆ, ਅੰਦਰੋਂ ਜੁੜ ਗਿਆ। ਤੇ ਮਨ 'ਚ ਕੀ ਹੈ ਭਗਤੀ ਕਰਦਿਆਂ ਕਰਦਿਆਂ, ਕਿ ਜਿਹੜੇ ਪਾਪ ਮੈਂ ਕੀਤੇ ਨੇ ਪਹਿਲੇ ਉਹ ਵੀ ਧੋਤੇ ਜਾਣ ਤੇ ਮੇਰਾ ਅੱਗਾ ਵੀ ਸਵਰ ਜਾਵੇ। ਇਹ ਮਨੋਰਥ ਨੂੰ ਲੈ ਕੇ ਦਿਨੇ ਰਾਤ ਜੁੜਿਆ, ਦਿਨੇ ਰਾਤ ਸਿਫਤ ਸਲਾਹ ਕਰਦਾ ਪਿਆਰਿਓ। ਦਿਨੇ ਰਾਤ ਸਿਫਤ ਸਲਾਹ ਕਰਨ ਦੇ ਨਾਲ ਕੀ ਗੱਲ ਬਣਦੀ ਜਾ ਰਹੀ ਹੈ, ਇਉਂ ਮਹਿਸੂਸ ਹੁੰਦਾ ਜਿਹਦੀ ਮੈਂ ਸਿਫਤ ਸਲਾਹ ਕਰਦਾ ਉਹ ਹੁਣ ਮੇਰੇ ਕੋਲੋਂ ਕਿਤੇ ਦੂਰ ਨਹੀਂ, ਮੇਰੇ ਨੇੜੇ ਹੀ ਆ ਬੈਠਾ। ਆਖੋ ਵਾਹਿਗੁਰੂ। ਪਿਆਰਿਓ ਮਹਾਰਾਜ ਨੇ ਵੀ ਬਾਣੀ 'ਚ ਕਿਹਾ ਨਾ, ਸੋ ਸਤਿਗੁਰ ਪਿਆਰਾ ਮੇਰੇ ਨਾਲ ਕਹਿ ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਦਿਨੇ ਰਾਤ ਸਿਫਤਾਂ ਕਰਦਾ ਤੇ ਇੱਕ ਦਿਨ ਇਹਦੇ ਪੁੱਤਰ ਦੇ ਮਨ ਵਿੱਚ ਆਇਆ, ਰਾਜ ਭਾਗ ਕਰਦੇ ਆ
ਇੱਕ ਦਿਨ ਇਹਦੇ ਮਨ ਦੇ ਵਿੱਚ ਆਇਆ, ਕਹਿੰਦਾ ਮੈਂ ਏਡਾ ਵੱਡਾ ਬਾਦਸ਼ਾਹ, ਏਡਾ ਵੱਡਾ ਮੈਂ, ਸਾਰੀ ਪ੍ਰਜਾ ਤੇ ਮੇਰਾ ਹੁਕਮ ਚੱਲੇ, ਤੇ ਮੇਰਾ ਪਿਓ ਜੰਗਲਾਂ ਵਿੱਚ ਭਟਕਦਾ ਫਿਰਦਾ, ਜੰਗਲਾਂ ਵਿੱਚ ਰੁੜਦਾ ਫਿਰਦਾ, ਕਿਉਂ ਨਾ ਹੋਵੇ ਮੈਂ ਉਹਦਾ ਹਾਲ ਪਤਾ ਲੈ ਕੇ ਆਵਾਂ। ਫੌਜਾਂ ਨੂੰ ਨਾਲ ਲਿਆ ਤੇ ਆਪਣੇ ਪਿਓ ਨੂੰ ਲੱਭਣ ਦੇ ਲਈ ਚਲਿਆ ਗਿਆ ਪਿਆਰਿਓ। ਤੇ ਜਦੋਂ ਆਪਣੇ ਪਿਓ ਦੇ ਕੋਲ ਪਹੁੰਚਿਆ ਤੇ ਕੀ ਵੇਖਦਾ, ਇਹਦੇ ਪਿਓ ਨੇ ਇੱਕ ਸੂਈ ਹੱਥ ਦੇ ਵਿੱਚ ਫੜੀ ਹੈ ਤੇ ਆਪਣੇ ਲਈ ਪਾਟੀ ਜਿਹੀ ਗੋਦੜੀ ਸੀ ਰਿਹਾ। ਹੱਥ ਸਤਨਾਮ। ਤੇ ਇਹ ਕੀ ਕਹਿੰਦਾ, ਕਹਿੰਦਾ ਉਹ ਮੇਰੇ ਪਿਤਾ, ਇਹ ਕੀ ਕਰ ਰਹੇ, ਇਹ ਕਿਹੜੀ ਜੂਣ ਪਿਆ ਭੋਗਦਾ, ਮੈਂ ਏਡਾ ਵੱਡਾ ਬਾਦਸ਼ਾਹ, ਸਾਰੀ ਪ੍ਰਜਾ ਤੇ ਮੇਰਾ ਹੁਕਮ ਚੱਲਦਾ, ਸਾਰੇ ਮੇਰੇ ਹੁਕਮ ਦੇ ਵਿੱਚ ਨੇ, ਤੇ ਤੂੰ ਮੇਰਾ ਪਿਓ ਹੋ ਕੇ ਇਸ ਹਾਲਤ ਦੇ ਵਿੱਚ ਇੱਥੇ ਕੀ ਕਰ ਰਹੇ ਆ। ਤੇ ਉਸ ਵੇਲੇ ਅਦਮ ਬਾਦਸ਼ਾਹ ਜਿਹੜਾ ਜੁੜ ਚੁੱਕਾ ਸੀ ਉਹਨੇ ਮਨ ਵਿੱਚ ਵਿਚਾਰ ਬਣਾ ਲਈ ਕਿ ਜਿਹੜਾ ਮੇਰੇ ਪੁੱਤਰ ਦੇ ਮਨ ਵਿੱਚ ਹੰਕਾਰ ਹੈ ਬਾਦਸ਼ਾਹੀ ਦਾ, ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਤੋੜਨਾ, ਇਹਨੂੰ ਵਿਖਾਉਣਾ ਕਿ ਤੂੰ ਬਾਦਸ਼ਾਹ ਨਹੀਂ, ਤੇਰਾ ਕੇਵਲ ਪ੍ਰਜਾ ਦੇ ਹੁਕਮ ਚੱਲਦਾ, ਪ੍ਰਜਾ ਦੇ ਉੱਪਰ ਹੁਕਮ ਚੱਲਦਾ। ਇਹਨੂੰ ਹੁਣ ਜਿਹੜੀਆਂ ਸੱਚੀਆਂ ਸਿਫਤ ਸਲਾਹਾਂ 'ਚ ਮੈਂ ਜੁੜਿਆ, ਜਿਹੜਾ ਧਨ ਮੇਰੇ ਕੋਲ ਹੈ ਨਾਮ ਦਾ, ਉਹਦੀ ਵਡਿਆਈ ਦੱਸਣੀ। ਤੇ ਇਹਦੇ ਪਿਤਾ ਨੇ ਕੀ ਕੀਤਾ, ਜਿਹੜੀ ਸੂਈ ਦੇ ਨਾਲ ਪਿਆਰੇ ਉਹ ਗੋਦੜੀ ਸੀ ਰਿਹਾ ਸੀ, ਉਹ ਸੂਈ ਨਦੀ ਦੇ ਵਿੱਚ ਸੁੱਟ ਦਿੱਤੀ। ਤੇ ਕਹਿੰਦਾ ਪੁੱਤਰ ਕੀ ਕਹਿੰਦਾ, ਪਿਤਾ ਜੀ ਮੈਂ ਕਹਿੰਦਾ ਸਭ ਕੁਝ ਛੱਡੋ ਤੇ ਮੇਰੇ ਨਾਲ ਘਰ ਨੂੰ ਵਾਪਸ ਚੱਲੋ ਵਾਪਸ। ਤੇ ਪਿਓ ਕਹਿੰਦਾ ਪੁੱਤਰ ਇੱਕ ਕੰਮ ਕਰ, ਮੈਂ ਤੇਰੇ ਨਾਲ ਜਾਣ ਨੂੰ ਤਿਆਰ ਹਾਂ, ਪਰ ਆਹ ਜਿਹੜੀ ਸੂਈ ਮੇਰੀ ਨਦੀ 'ਚ ਡਿੱਗ ਪਈ ਏ, ਉਹ ਮੈਨੂੰ ਕੱਢ ਕੇ ਦੇ ਦੇ, ਤੇਰੇ ਨਾਲ ਤੁਰ ਪੈਂਦਾ। ਕਹਿੰਦਾ ਪਿਤਾ ਜੀ ਇਹ ਮਾਮੂਲੀ ਜੀ ਸੂਈ, ਤੁਸੀਂ ਕੀ ਕਰਨੀ, ਨਹੀਂ ਇਹੋ ਹੀ ਮੈਨੂੰ ਚਾਹੀਦੀ। ਸਾਰੀਆਂ ਫੌਜਾਂ ਨੂੰ ਹੁਕਮ ਕੀਤਾ ਬਈ ਵਾਰੋ ਵਾਰੀ ਸਿਰ ਮਾਰੋ, ਛਾਲਾ ਨਦੀ ਦੇ ਵਿੱਚ ਸੂਈ ਲੱਭ ਕੇ ਲਿਆ। ਕਈ ਘੰਟੇ ਲੱਭਦੇ ਰਹੇ, ਸੂਈ ਨਾ ਲੱਭੀ, ਵਾਪਸ ਆ ਗਏ, ਬਾਹਰ ਆ ਗਏ ਪਾਣੀ 'ਚੋਂ। ਇਹਦੇ ਪੁੱਤਰ ਨੂੰ ਕਹਿੰਦੇ ਨੇ ਭਾਈ ਸੂਈ ਨਹੀਂ ਲੱਭੀ। ਇਹ ਕਹਿੰਦਾ ਪਿਤਾ ਜੀ ਸੂਈ ਇਹਨਾਂ ਨੂੰ ਨਹੀਂ ਲੱਭੀ, ਇਸ ਤੋਂ ਕੀਮਤੀ ਸੂਈਆਂ ਜੇ ਕਹੋਗੇ ਸੋਨੇ ਦੀਆਂ ਵੀ ਬਣਾ ਦਿਆਂਗਾ, ਇਹ ਤੁਸੀਂ ਕੀ ਕਰਨੀ। ਕਹਿੰਦਾ ਨਹੀਂ ਮੈਨੂੰ ਇਹੋ ਹੀ ਸੂਈ ਚਾਹੀਦੀ ਹੈ, ਇਹੋ ਹੀ। ਤੇ ਉਸ ਵੇਲੇ ਹੋਰ ਵੱਡੇ ਵੱਡੇ ਤੈਰਾਕ ਬੁਲਵਾਏ, ਪਿਆਰੇ ਹੋ ਉਹਨਾਂ ਕੋਲੋਂ ਵੀ ਨਦੀ ਦੇ ਵਿੱਚ ਚੁੱਭੀਆਂ ਮਰਵਾਈਆਂ, ਸੂਈ ਨਾ ਲੱਭੀ। ਤੇ ਉਸ ਵੇਲੇ ਇਹਦਾ ਪਿਓ ਕੀ ਕਹਿੰਦਾ, ਕਹਿਣ ਲੱਗਾ ਪੁੱਤਰਾ ਤੂੰ ਤੇ ਹੁਣੇ ਕਹਿੰਦਾ ਸੈਂ ਕਿ ਤੇਰਾ ਸਾਰੀ ਪ੍ਰਜਾ ਤੇ ਹੁਕਮ ਚੱਲਦਾ, ਤੂੰ ਬਾਦਸ਼ਾਹ ਹੈ, ਪਰ ਇੱਕ ਨਿੱਕੀ ਜੀ ਸੂਈ ਤੇ ਤੇਰੇ ਕੋਲੋਂ ਲੱਭੀ ਨਹੀਂ ਗਈ, ਕਾਹਦਾ ਬਾਦਸ਼ਾਹੀ ਦਾ ਮਾਣ ਕਰਨਾ। ਤੇ ਹੁਣ ਵੇਖ ਤੂੰ ਕਹਿੰਦਾ ਤੂੰ ਬਾਦਸ਼ਾਹ, ਤੇਰਾ ਹੁਕਮ ਪ੍ਰਜਾ ਤੇ ਚੱਲਦਾ, ਹੁਣ ਵੇਖ ਨਾਮ ਦੀ ਤਾਕਤ, ਉਹਦੀ ਸਿਫਤ ਸਲਾਹ ਦੀ ਤਾਕਤ। ਆਖੋ ਸਤਨਾਮ। ਤੇ ਪਿਆਰੇ ਉਹਦਾ ਹੰਕਾਰ ਤੋੜਨਾ ਸੀ ਤੇ ਅਦਮ ਬਾਦਸ਼ਾਹ ਨੇ ਅਰਦਾਸ ਕੀਤੀ। ਤੇ ਉਸ ਵੇਲੇ ਕੀ ਕਹਿੰਦਾ, ਕਹਿੰਦਾ ਪੁੱਤਰਾ ਇੱਕ ਨਿੱਕੀ ਜੀ ਸੂਈ ਤੈਥੋਂ ਲੱਭੀ ਨਹੀਂ ਗਈ ਨਾ ਤੇਰੀ ਪ੍ਰਜਾ ਕੋਲੋਂ, ਹੁਣ ਵੇਖ ਨਾਮ ਦੀ ਬਖਸ਼ਿਸ਼, ਸਿਫਤ ਸਲਾਹ ਦੀ ਬਖਸ਼ਿਸ਼। ਤੇ ਪਿਆਰੇ ਉਹ ਨਦੀ ਦੇ ਕੋਲ ਜਾ ਕੇ ਆਵਾਜ਼ ਮਾਰਦਾ, ਕੀ ਕਹਿੰਦਾ, ਇਹ ਜਲ ਦੇਵਤਾ ਇਸ ਨਦੀ ਦੇ ਵਿੱਚ ਮੇਰੀ ਸੂਈ ਡਿੱਗ ਪਈ ਏ, ਤੂੰ ਕੱਢ ਕੇ ਲਿਆ। ਹੱਥ ਸਤਨਾਮ। ਤੇ ਪਿਆਰੇ ਉਹ ਵੇਖੋ ਨਾਮ ਦੀ ਤਾਕਤ, ਸਭ ਨਾਵੇਂ ਅੱਗੇ ਆਣ ਨਿਵਾਏ ਦੀ ਤਾਕਤ, ਝੱਟ ਹੀ ਜਲ ਦੇਵਤਾ ਬਾਹਰ ਆਇਆ, ਸੂਈ ਕੱਢ ਕੇ ਅਦਮ ਬਾਦਸ਼ਾਹ ਦੀ ਤਲੀ ਤੇ ਧਰੀ। ਪੁੱਤਰ ਬੜਾ ਹੈਰਾਨ ਹੋਇਆ ਕਿ ਮੈਂ ਸਮਝਦਾ ਸਾਂ ਕਿ ਮੇਰੇ
ਮੇਰਾ ਪਿਓ ਭਿਖਾਰੀਆਂ ਵਾਲਾ ਜੀਵਨ ਬਤੀਤ ਕਰ ਰਿਹਾ, ਪਾਟੀਆਂ ਦੀਆਂ ਗੋਦੜੀਆਂ ਸੀ ਕੇ ਪਾਟੇ ਪੁਰਾਣੇ ਕੱਪੜੇ ਪਾ ਕੇ ਆਪਣਾ ਗੁਜ਼ਾਰਾ ਪਿਆ ਕਰਦਾ। ਪਰ ਅੱਜ ਮੈਂ ਸਮਝ ਗਿਆ, ਬਾਦਸ਼ਾਹ ਮੈਂ ਨਹੀਂ ਸਗੋਂ ਇਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਕਿਉਂ? ਕਿਉਂਕਿ ਇਹਦੇ ਕੋਲ ਨਾਮ ਦਾ ਧਨ ਹੈ, ਨਾਮ ਦਾ ਧਨ। ਪਹਿਰਾਵਾ ਭਾਵੇਂ ਇਹਦਾ ਸਾਦਾ ਹੈ, ਪਰ ਜਿਹੜੀਆਂ ਸਿਫਤ ਸਲਾਵਾਂ ਦਾ ਧਨ ਇਹਦੇ ਕੋਲ, ਇਹਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਭਗਤ ਰਵਿਦਾਸ ਜੀ ਵੀ ਕਹਿੰਦੇ ਨੇ ਨਾ, ਦਾਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ, ਅਸ਼ਟ ਦਸਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਪਿਆਰਿਓ, ਇਹਦੇ ਪੁੱਤਰ ਨੂੰ ਇਹ ਗੱਲ ਵੇਖ ਕੇ ਗਿਆਨ ਹੋ ਗਿਆ, ਉਹ ਵੀ ਨਾਮ ਵਾਲੇ ਪਾਸੇ ਲੱਗ ਗਿਆ। ਇਹ ਤੇ ਹੋਈ ਅਦੋਂ ਬਾਦਸ਼ਾਹ ਦੀ ਗੱਲ ਕਿ ਸਭ ਕੁਝ ਤਿਆਗ ਕੇ ਜੰਗਲਾਂ ਦੇ ਵਿੱਚ ਜਾ ਕੇ ਭਗਤੀ 'ਚ ਜੁੜਿਆ, ਪਰ ਗੁਰੂ ਨਾਨਕ ਨੇ ਤੇ ਸਾਨੂੰ ਗ੍ਰਸਤ 'ਚ ਹੀ ਰਹਿੰਦਿਆਂ ਸੌਖਾ ਮਾਰਗ ਦਿੱਤਾ। ਪਿਆਰਿਆ, ਕਾਰੋਬਾਰ ਕਰਦਿਆਂ ਅੰਮ੍ਰਿਤ ਵੇਲਾ ਬਣਾ, ਗੁਰੂ ਨਾਲ ਪ੍ਰੀਤੀ ਕਰ, ਉਹਦੀਆਂ ਸਿਫਤ ਸਲਾਵਾਂ 'ਚ ਜੁੜ, ਤੇ ਫਿਰ ਕੀ ਮਿਲੇਗਾ? ਸਾਰੇ ਪੜ੍ਹ ਲਓ ਪਿਆਰ ਨਾਲ। ਜਿਸ
ਮਾਣ ਲੈ ਪਿਆਰਿਆ।
ਇਸ ਲਈ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੋਹਣੇ ਸੱਚੇ ਬਾਬਾ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਸਾਨੂੰ ਸਮਝਾ ਰਹੇ ਨੇ, ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ,
ਜਾਂ ਜੋਬਣ ਨੂੰ ਹੁੱਲੇ ਤੋਂ ਭਾਵ ਜਦ ਤੱਕ ਤੇਰੀ ਜਵਾਨੀ ਹੈ ਰੰਗ ਮਾਣ ਲੈ ਕਿਉਂਕਿ ਪਿਆਰਿਓ ਬੰਦੇ ਦੇ ਕਈ ਸਾਲ ਬਚਪਨ ਦੇ ਵਿੱਚ ਖੇਡਾਂ ਦੇ ਵਿੱਚ ਬਤੀਤ ਹੋ ਜਾਂਦੇ ਨੇ। ਮੇਰੇ ਸਾਹਿਬ ਨੇ ਵੀ ਬਾਣੀ 'ਚ ਆਖਿਆ, 12 ਬਰਸ ਬਾਲਪਨ ਬੀਤੇ, 20 ਬਰਸ ਕਿਛ ਤਪ ਨਾ ਕੀਓ। 12 ਤੇ 20 32 ਸਾਲਾਂ ਦਾ ਜਦੋਂ ਮਨੁੱਖ ਹੋ ਗਿਆ, ਜਵਾਨ ਹੋ ਗਿਆ ਅਤੇ ਘਰ ਦੇ ਸਮਾਨ ਇਕੱਠੇ ਕਰਨ ਵਿੱਚ ਲੱਗਾ ਰਹਿੰਦਾ, ਆਹ ਕੰਮ ਵੀ ਕਰ ਲਵਾਂ, ਉਹ ਵੀ ਕਰ ਲਵਾਂ, ਜੇ ਕੋਈ ਰੱਬ ਦਾ ਨਾਮ ਚੇਤੇ ਕਰਾਵੇ ਵੀ ਸਹੀ ਤੇ ਕਹਿੰਦਾ ਬੜਾ ਸਮਾਂ ਪਿਆ ਕਰ ਲਵਾਂਗੇ। ਪਰ ਸਾਹਿਬ ਕਹਿੰਦੇ 12 ਬਰਸ ਬਾਲਪਨ ਬੀਤੇ, 20 ਬਰਸ ਕਿਛ ਤਪ ਨਾ ਕੀਓ, 30 ਬਰਸ ਕਿਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। 32 ਤੇ 30 ਜਦੋਂ 62 ਸਾਲਾਂ ਦਾ ਮਨੁੱਖ ਹੋ ਗਿਆ, ਹੁਣ ਤੇ ਮੁੱਖ ਦੇ ਵਿੱਚ ਦੰਦ ਨਾ ਹੋਣ ਕਰਕੇ ਬਚਨ ਵੀ ਸ਼ੁੱਧ ਨਹੀਂ ਨਿਕਲਦਾ, ਤੇ ਹੁਣ ਕਹਿੰਦਾ ਕੋਈ ਧਰਮ ਕਰਮ ਕਰ ਲਵਾਂ, ਚਾਹੀਦਾ ਤੇ ਸੀ ਜਦੋਂ ਤੂੰ ਬੀਜ ਬੋਇਆ ਉਸੇ ਵੇਲੇ ਆਪਣੇ ਖੇਤ ਨੂੰ ਵਾੜ ਲਾ ਲੈਨੋ, ਭਾਵ ਜਦੋਂ ਬਚਪਨ ਦੀ ਉਮਰ ਸੀ ਉਸੇ ਵੇਲੇ ਸੰਭਾਲ ਲੈਨੋ, ਪਰ ਜਦੋਂ ਹੁਣ ਤੇਰੇ ਇਸ ਸਰੀਰ ਰੂਪੀ ਖੇਤ ਨੂੰ ਕਾਲ ਰੂਪੀ ਜਾਨਵਰ ਨੇ ਆ ਕੇ ਉਜਾੜਨਾ ਸ਼ੁਰੂ ਕਰ ਦਿੱਤਾ ਤੇ ਤੂੰ ਕਹਿੰਦਾ ਕੋਈ ਧਰਮ ਕਰਮ ਕਰ ਲਵਾਂ, ਇਹ ਕਿਵੇਂ ਹੋ ਸਕਦਾ? ਪਿਆਰ ਨਾਲ ਆਖੋ ਸਾਰੇ ਸਤਨਾਮ ਸ੍ਰੀ ਪਿਆਰਿਓ, ਇਹ ਕਿਵੇਂ ਹੋ ਸਕਦਾ? ਮਹਾਰਾਜ ਸਾਨੂੰ ਬਾਣੀ ਦੇ ਵਿੱਚ ਸਮਝਾ ਰਹੇ ਨੇ, ਰੰਗ ਮਾਣ ਲੈ ਪਿਆਰਿਆ, ਜੁੜ ਜਾ ਜੁੜ ਜਾ, ਰੰਗ ਮਾਣ ਲੈ। ਇੱਕ ਗੱਲ ਜਾਣ ਲੈਣਾ ਸਾਧ ਸੰਗਤ, ਇਹ ਜਿਹੜਾ ਮਨ ਹੈ ਉਹ ਚੰਚਲ ਹੈ, ਚੰਚਲ। ਜਿਸ ਕੰਮ ਦੇ ਵਿੱਚ ਇਹਨੂੰ ਲਾਭ ਨਜ਼ਰ ਆਵੇ ਉਹ ਕੰਮ ਕਰਦਾ, ਜਿਹਦੇ ਵਿੱਚ ਘਾਟਾ ਨਜ਼ਰ ਆਵੇ ਉਹ ਸੌਦਾ ਨਹੀਂ ਕਰਦਾ। ਤੇ ਆਓ ਜਿੰਨੀ ਵੀ ਸੰਗਤ ਇੱਥੇ ਬੈਠੀ ਹੋ, ਸਾਰੇ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਵਿੱਚ ਜੁੜਨ ਦੇ, ਨਾਮ ਜਪਣ ਦੇ, ਗੁਰੂ ਚਰਨਾਂ ਦੇ ਵਿੱਚ ਰੰਗ ਮਾਨਣ ਦੇ ਲਾਭ ਦੱਸੀਏ, ਸਿਮਰਨ ਦੀਆਂ ਵਡਿਆਈਆਂ ਦੱਸੀਏ। ਇਹ ਧੰਨ ਬਾਬਾ ਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਬਚਨ ਜੇ। ਮਹਾਂਪੁਰਸ਼ ਬਚਨ ਕਰਦੇ ਸੀ, ਪਿਆਰਿਆ ਤੂੰ ਜ਼ਿੰਦਗੀ ਆਪਣੀ ਲਾ ਨਾਮ ਦੇ ਲੇਖੇ, ਲਗਾ ਨਾਮ ਵਾਲੇ ਪਾਸੇ, ਪਤਾ ਹੀ ਨਹੀਂ ਲੱਗੇਗਾ ਕਿਹੜੇ ਪਾਸਿਓਂ ਬਰਕਤਾਂ ਆਪੇ ਤੁਰੀਆਂ ਆ ਰਹੀਆਂ ਨੇ। ਆਖੋ ਸਤਨਾਮ, ਪਤਾ ਹੀ ਨਹੀਂ ਲੱਗੇਗਾ, ਪਤਾ ਹੀ ਨਹੀਂ ਲੱਗੇਗਾ ਕਿਧਰੋਂ ਬਰਕਤਾਂ ਤੁਰੀਆਂ ਆ ਰਹੀਆਂ ਨੇ। ਇਹ ਸਿਮਰਨ ਦੀ ਬਰਕਤ ਹੀ ਸੀ ਨਾ ਕਿ ਆਪ ਨਿਰੰਕਾਰ ਕਬੀਰ ਦੇ ਘਰ ਡੂੰਘੇ ਲੈ ਕੇ ਕਬੀਰ ਦਾ ਭੰਡਾਰਾ ਸਫਲਾ ਕਰ ਰਿਹਾ। ਆਖੋ ਵਾਹਿਗੁਰੂ ਪਿਆਰੇ, ਪਤਾ ਪਤਾ ਹੀ ਨਹੀਂ ਕਿੱਧਰੋਂ ਬਰਕਤਾਂ ਤੁਰੀਆਂ ਆਉਣਗੀਆਂ। ਇਹ ਬਰਕਤ ਹੀ ਸੀ ਨਾ ਸਿਮਰਨ ਦੀ, ਤਾਂ ਹੀ ਤੇ ਸੈਣ ਨਾਈ ਦਾ ਰੂਪ ਵਟਾ ਕੇ ਆਪ ਨਿਰੰਕਾਰ ਰਾਜੇ ਦੀ ਮਾਲਿਸ਼ ਵੀ ਕਰ ਰਿਹਾ ਹੈ। ਆਖੋ ਵਾਹਿਗੁਰੂ ਪਿਆਰਿਓ, ਆਪ ਇਹ ਸਿਮਰਨ ਦੀ ਬਰਕਤ ਨਹੀਂ ਤੇ ਹੋਰ ਕੀ ਸੀ? ਆਪ ਰੱਬ ਨੇ ਭਗਤ ਨਾਮਦੇਵ ਦੀ ਆ ਕੇ ਛੱਪੜੀ ਵੀ ਪਾ ਲਈ, ਬਾਣੀ 'ਚ ਮੋਹਰ ਲੱਗੀ, ਪਾੜ ਪੜੋਸਨ ਪੁੱਛ ਲੈ ਨਾਮਾ ਕਾਪੈ ਛਾਨ ਛਵਾਈ ਹੋ, ਤਉ ਪੈ ਦੁਗਨੀ ਮਜ਼ੂਰੀ ਦੇਹੋ, ਮੋਕੋ ਬੇਡੀ ਦਿਓ ਬਤਾਈ ਹੋ। ਭਗਤ ਨਾਮਦੇਵ ਦੀ ਗੁਆਂਢਣ ਪੁੱਛਦੀ ਹੈ ਨਾਮਦੇਵ ਨੂੰ, ਨਾਮਦੇਵ
ਆ ਇੱਕ ਰਾਤ ਦੇ ਵਿੱਚ ਏਡੀ ਸੋਹਣੀ ਛੱਪੜੀ ਪਾ ਲਈ ਆ, ਮੈਨੂੰ ਜਰਾ ਆਪਣੇ ਮਿਸਤਰੀ ਦਾ ਪਤਾ ਦੇ ਦੇ ਤੇ ਇੱਥੋਂ ਦੂਣੀ ਮਜ਼ਦੂਰੀ ਦੇਵਾਂਗੀ, ਮੈਨੂੰ ਵੀ ਇਹੋ ਜਿਹੀ ਛੱਪੜੀ ਪਵਾ ਦੇ। ਤੇ ਉਸ ਵੇਲੇ ਭਗਤ ਨਾਮਦੇਵ ਜੀ ਕੀ ਕਹਿੰਦੇ, ਰੀ ਬਾਈ ਬੇਡੀ ਦੇਣ ਨਾ ਜਾਈ, ਮਾਈ ਜਿਹੜਾ ਮੇਰਾ ਬੇਡੀ ਜਿਹੜਾ ਮੇਰਾ ਮਿਸਤਰੀ ਉਹਨੂੰ ਲੱਭਣ ਦੀ ਲੋੜ ਕੋਈ ਨਹੀਂ, ਦੇਖ ਬੇਡੀ ਰਹੋ ਸਮਾਈ, ਹਮਾਰੇ ਬੇਡੀ ਪ੍ਰਾਣ ਆਧਾਰ, ਜਿਹੜਾ ਮੇਰਾ ਮਿਸਤਰੀ ਹੈ ਉਹਦੇ ਤੋਂ ਬਿਨਾਂ ਤੇ ਇੱਕ ਸਾਹ ਲੈਣਾ ਵੀ ਔਖਾ ਹੈ। ਆਖੋ ਵਾਹਿਗੁਰੂ, ਇੱਕ ਸਾਹ ਲੈਣਾ ਵੀ ਔਖਾ ਹੈ। ਅਜੇ ਵੀ ਨਾ ਸਮਝੀ, ਕਹਿੰਦੀ ਦੱਸ ਤੇ ਸਹੀ ਕਿੰਨੀ ਮਜ਼ਦੂਰੀ ਲੈਂਦਾ। ਤੇ ਉਸ ਵੇਲੇ ਭਗਤ ਨਾਮਦੇਵ ਜੀ ਕਹਿੰਦੇ, ਉਹ ਮਾਈ ਜਿਹੜਾ ਮੇਰਾ ਮਿਸਤਰੀ ਹੈ ਕੋਈ ਮਾਇਆ ਦੀ ਮਜ਼ਦੂਰੀ ਨਹੀਂ ਲੈਂਦਾ, ਉਹ ਤੇ ਮਜ਼ਦੂਰੀ ਲੈਂਦਾ ਬੇਟੀ ਪ੍ਰੀਤ ਮਜ਼ਦੂਰੀ ਮੰਗੇ, ਉਹ ਤੇ ਢਾਈ ਅੱਖਰ ਪ੍ਰੇਮਾ ਭਗਤੀ ਦੀ ਮਜ਼ਦੂਰੀ ਲੈਂਦਾ, ਬੇਟੀ ਪ੍ਰੀਤ ਮਜ਼ਦੂਰੀ ਮੰਗੇ, ਜੇ ਕਉ ਸ਼ਾਨ ਸ਼ਿਵਾਵੇ ਹੋ ਲੋਕ ਕੁਟੰਬ ਸਭੋ ਤੈ ਤੋਰੇ ਤੋ ਆਪਣ ਬੇਡੀ ਆਵੇ ਹੋ ਪਿਆਰਿਓ। ਇਹ ਨਾਮ ਦੀ ਬਰਕਤ ਨਹੀਂ ਤੇ ਹੋਰ ਕੀ ਸੀ, ਆਪ ਆ ਕੇ ਰੱਬ ਨੇ ਨਾਮਦੇਵ ਦੀ ਛੱਪੜੀ ਪਾ ਦਿੱਤੀ ਪਿਆਰਿਓ। ਔਰ ਇੱਕ ਬੇਨਤੀ, ਕੇਵਲ ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਨਾਮ ਜਪਣ ਵਾਲਾ ਜੇ ਚਾਹੇ ਨਰਕਾਂ ਨੂੰ ਵੀ ਖਾਲੀ ਕਰਵਾ ਸਕਦਾ ਹੈ। ਆਖੋ ਵਾਹਿਗੁਰੂ ਪਿਆਰਿਓ, ਨਰਕਾਂ ਨੂੰ ਵੀ ਬਾਣੀ ਨੇ ਮੋਹਰ ਲਾਈ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨ ਨੇ ਪਾਪੀ ਤਰੇ ਅਨੇਕ। ਪਿਆਰ ਨਾਲ ਆਖੋ ਸਾਰੇ ਸਤਨਾਮ ਪਿਆਰਿਓ, ਪਾਪੀ ਤਰੇ ਅਨੇਕ। ਔਰ ਇੱਥੇ ਬਸ ਨਹੀਂ, ਅਸੀਂ ਤੁਸੀਂ ਤੇ ਬੰਦੇ ਹਾਂ, ਆਦਮੀ ਹਾਂ, ਸਾਹ ਲੈਂਦੇ ਹਾਂ, ਮਹਾਰਾਜ ਨੇ ਤੇ ਬੇਜਾਨ ਚੀਜ਼ਾਂ ਨੂੰ ਵੀ ਧਨ ਦਾ ਦਰਜਾ ਦੇ ਦਿੱਤਾ, ਜਿਨ੍ਹਾਂ ਦੇ ਨਾਮ ਜਿਨ੍ਹਾਂ ਦੇ ਨਾਲ ਬਾਣੀ ਲਿਖੀ ਗਈ, ਜਿਨ੍ਹਾਂ ਦੇ ਉੱਪਰ ਬਾਣੀ ਲਿਖੀ ਗਈ। ਕੀ ਕਹਿੰਦੇ ਸਾਹਿਬ, ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਪਿਆਰੇ ਹੋ ਇਹ ਨਾਮ ਦੀਆਂ ਬਰਕਤਾਂ, ਕਹੋ ਆਪਣੇ ਮਨ ਨੂੰ ਅਮਣਾ, ਕਿਉਂ ਇੱਧਰ ਉੱਧਰ ਭਟਕਦਾ ਫਿਰਦਾ, ਕਿਉਂ ਨਹੀਂ ਜੁੜਦਾ ਨਾਮ ਦੇ ਨਾਲ, ਕਿਉਂ ਨਹੀਂ, ਕਿਉਂ ਨਹੀਂ ਜੁੜਦਾ। ਆ ਧੰਨ ਬਾਬਾ ਆਨੰਦ ਸਿੰਘ ਜੀ ਦੇ ਕੋਲ ਨਾ ਇੱਕ ਆ ਗਿਆ ਗੁਰਮੁਖ ਪਿਆਰਾ, ਤੇ ਆ ਕੇ ਕਹਿੰਦਾ ਬਾਬਾ ਜੀ ਹਰ ਵੇਲੇ ਤੁਸੀਂ ਨਾਮ ਦੀ ਪ੍ਰੋੜਤਾ ਕਰਦੇ ਹੋ, ਹਰ ਇੱਕ ਨੂੰ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋ, ਇਹ ਕਿਉਂ? ਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਪਿਆਰੇ ਹੋ ਕੀ ਕਹਿਣ ਲੱਗੇ, ਕਹਿੰਦੇ ਭਾਈ ਬਦਾਮ ਲਿਆ, ਉਹਨੇ ਬਦਾਮ ਲਿਆਂਦੇ। ਬਾਬਾ ਜੀ ਕਹਿੰਦੇ ਇਹਨਾਂ ਨੂੰ ਭੰਨ ਦੇ, ਜਦੋਂ ਭੰਨੇ ਬਦਾਮ ਛਿਲਣਾ ਵੱਖਰੀਆਂ ਗਿਰੀ ਵੱਖਰੀ ਹੋ ਗਈ, ਮਹਾਂਪੁਰਸ਼ਾਂ ਨੇ ਆਪਣੀ ਮੁੱਠ ਦੇ ਵਿੱਚ ਗਿਰੀਆਂ ਫੜ ਲਈਆਂ ਤੇ ਕਹਿਣ ਲੱਗੇ ਭਾਈ ਦੱਸ ਸਾਡੀ ਮੁੱਠੀ 'ਚ ਕੀ ਹੈ? ਕਹਿੰਦਾ ਬਾਬਾ ਜੀ ਗਿਰੀਆਂ ਨੇ ਬਦਾਮ ਦੀਆਂ। ਤੇ ਮਹਾਂਪੁਰਖ ਕਹਿੰਦੇ ਭਾਈ ਇਹਨਾਂ ਗਿਰੀਆਂ ਦੀ ਕੋਈ ਬਾਜ਼ਾਰ ਦੇ ਵਿੱਚ ਕੀਮਤ ਹੈ, ਕੋਈ ਮੁੱਲ ਹੈ ਇਹਨਾਂ ਦਾ? ਹਾਂ ਮਹਾਂਪੁਰਸ਼ੋ, ਬੜੇ ਮਹਿੰਗੇ ਭਾਅ ਵਿਕਦੀਆਂ ਨੇ, ਕੀਮਤ ਹੈ। ਤੇ ਉਸ ਵੇਲੇ ਗਿਰੀਆਂ ਰੱਖੀਆਂ ਮਹਾਂਪੁਰਸ਼ਾਂ ਨੇ ਤੇ ਹੱਥ ਵਿੱਚ ਛਿਲਣਾ ਫੜ ਲਈਆਂ, ਬਈ ਦੱਸ ਸਾਡੀ ਮੁੱਠੀ 'ਚ ਕੀ ਜੇ ਛਿਲਣਾ ਨੇ, ਬਈ ਇਹਨਾਂ ਦੀ ਬਾਜ਼ਾਰ ਵਿੱਚ ਕੋਈ ਕੀਮਤ ਹੈ? ਮਹਾਂਪੁਰਖੋ ਇਹਨਾਂ ਦੀ ਤੇ ਕੋਈ ਕੀਮਤ ਨਹੀਂ, ਜਦ ਤੱਕ ਗਿਰੀ ਸੀ ਇਹਨਾਂ ਦੀ ਕੀਮਤ ਸੀ, ਪਰ ਗਿਰੀ ਤੋਂ ਬਿਨਾਂ ਇਹਨਾਂ ਦੀ ਕੀਮਤ ਕੋਈ ਨਹੀਂ, ਕੇਵਲ ਅੱਗ ਹੀ ਲਾਈ ਜਾ ਸਕਦੀ ਹੈ। ਆਖੋ ਸਤਨਾਮ। ਤੇ ਉਸ ਵੇਲੇ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਕੀ ਕਹਿੰਦੇ, ਕਹਿਣ ਲੱਗੇ ਪਿਆਰਿਆ ਬਸ ਇਸੇ ਤਰ੍ਹਾਂ
ਜਦ ਤੱਕ ਤੇਰੇ ਸਰੀਰ ਦੇ ਅੰਦਰ ਨਾਮ ਰੂਪੀ ਗਿਰੀ ਹੈ ਤਦ ਤੱਕ ਤੇ ਕਦਰ ਨਹੀਂ ਤੇ ਪਿਆਰੇ ਓ ਅਗਨ ਭੇਟ ਹੀ ਆਉਣਾ ਹੈ। ਹੱਖੋ ਵਾਹਿਗੁਰੂ ਹੋਣਾ ਤੇ ਉੱਦਾਂ ਵੀ ਅਗਨ ਭੇਟ ਏ, ਪਰ ਇੱਕ ਚੀਜ਼ ਹੈ, ਤੂੰ ਮਰ ਜਾਵੇਂਗਾ ਪਰ ਤੇਰਾ ਜਪਿਆ ਹੋਇਆ ਨਾਮ ਤੇਰੇ ਨਾਲ ਜਾਏਗਾ, ਉਹ ਨਹੀਂ ਮਰੇਗਾ, ਉਹ ਨਹੀਂ ਮਰੇਗਾ। ਕਵੋ ਆਪਣੇ ਮਨ ਨੂੰ ਮਨਾ, ਜਿਹੜੇ ਸੌਦੇ ਨੇ ਨਾਲ ਜਾਣਾ ਫਿਰ ਉਹਦਾ ਵਣਜ ਕਰ, ਉਹਦਾ ਵਣਜ, ਉਹਦਾ ਵਣਜ ਕਰ। ਅਸੀਂ ਝੂਠੇ ਵਣਜ ਕਰਦੇ ਹਾਂ, ਝੂਠੇ, ਜਿਹੜੇ ਨਾਮ ਨੇ ਨਾਲ ਜਾਣਾ, ਜਿਹੜੇ ਸੌਦੇ ਨੇ ਨਾਲ ਜਾਣਾ ਫਿਰ ਉਹਦਾ ਵਣਜ ਕਰੀਏ। ਉਹਦਾ ਪਿਆਰੇ ਹੋ, ਜਿੰਨੀ ਵੀ ਸੰਗਤ ਬੈਠੀ ਹੋ, ਇੱਕ ਬੇਨਤੀ ਜੇ, ਦੋਵੇਂ ਹੱਥ ਜੋੜ ਕੇ ਦਾਸ ਗਰੀਬ ਦੀ ਸਾਰੀ ਸੰਗਤ ਨੂੰ, ਨਾਮ ਇੱਕ ਇਹੋ ਜੀ ਅਨਮੋਲ ਦਾਤ ਹੈ, ਜੇ ਆਪਣੇ ਜੀਵਨ ਨੂੰ ਨਾਮ ਵਾਲੇ ਪਾਸੇ ਲਾਵਾਂਗੇ, ਵੇਖੋ ਨਾਮ ਦੀ ਕਿੱਡੀ ਵਡਿਆਈ। ਜਦੋਂ ਅਸੀਂ ਮਾਂ ਦੀ ਕੁੱਖ ਦੇ ਵਿੱਚ ਸਾਂ, ਉਦੋਂ ਤੋਂ ਲੈ ਕੇ ਅਖੀਰਲੇ ਵੇਲੇ ਤੱਕ ਕੇਵਲ ਨਾਮ ਹੀ ਸਾਡੀ ਰਾਖੀ ਕਰਦਾ। ਹੱਕ ਸਤਨਾਮ, ਕੇਵਲ ਨਾਮ ਹੀ ਨਾਮ। ਮਾਂ ਦੇ ਗਰਭ 'ਚ ਅਗਨੀ ਹੈ, ਅਗਨੀ, ਕਈ ਨਹੀਂ ਮੰਨਦੇ, ਅਸੀਂ ਕਿਹੜੀ ਵੇਖੀ ਹੈ, ਕਈਆਂ ਦਾ ਸਵਾਲ ਹੁੰਦਾ। ਪਰ ਪਿਆਰੇ ਉਹ ਮੇਰੀ ਮੰਨੋ ਨਾ ਮੰਨੋ, ਧੰਨ ਗੁਰੂ ਗ੍ਰੰਥ ਸਾਹਿਬ ਦੀ ਤੇ ਮੰਨੋਗੇ ਨਾ, ਮੇਰੇ ਸਾਹਿਬ ਦੀ ਬਾਣੀ ਕਹਿੰਦੀ ਹੈ, ਰੋਜ਼ਾਨਾ ਪੜ੍ਹਦੇ ਹੋ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਗਰਭ ਅਗਨ ਇਹਦਾ ਮਤਲਬ ਹੈ ਅਗਨੀ, ਹੈ ਅਗਨੀ। ਇੱਕ ਜਗ੍ਹਾ ਤੇ ਹੋਰ ਸਤਿਗੁਰੂ ਕਹਿੰਦੇ, ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰੱਖਣ ਹਾਰੇ। ਇਹਦਾ ਮਤਲਬ ਹੈ ਅਗਨੀ, ਮਾਂ ਦੇ ਗਰਭ ਦੇ ਵਿੱਚ ਅਗਨੀ, ਤੇ ਉਸ ਅਗਨੀ ਤੋਂ ਵੀ ਰਾਖੀ ਸਾਡੀ ਕੌਣ ਕਰਦਾ? ਨਾਮ। ਹੁਣ ਜਨਮ ਹੋ ਗਿਆ, ਜਨਮ ਹੋਣ ਤੋਂ ਬਾਅਦ ਜੇ ਕੋਈ ਸਰੀਰ ਨੂੰ ਇਹੋ ਜਿਹਾ ਰੋਗ ਲੱਗ ਗਿਆ ਪਿਆਰੇ ਹੋ, ਜਿਹਦਾ ਇਲਾਜ ਡਾਕਟਰਾਂ ਕੋਲ ਵੀ ਨਹੀਂ, ਤੇ ਜੇ ਕਿਤੇ ਉਸ ਵੇਲੇ ਨਾਮ ਦਾ ਓਟ ਆਸਰਾ ਕੋਈ ਲਵੇ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਪਿਆਰੇ ਹੋ, ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਕਿ ਤੇਰੇ ਸਰੀਰਕ ਰੋਗ ਤੋਂ ਵੀ ਰਾਖੀ ਨਾਮ ਕਰੇਗਾ ਤੇਰੀ। ਸਿਮਰੋ ਸਿਮਰ ਸਿਮਰ ਸੁੱਖ ਪਾਵੋ ਪਿਆਰੇ ਹੋ, ਕੱਲ ਕਲੇਸ਼ ਤਨ ਮਾਏ ਮਿਟਾਵੋ, ਤਨ ਮਾਏ, ਤੇਰੇ ਸਰੀਰਕ ਰੋਗਾਂ ਤੋਂ ਵੀ ਰਾਖੀ ਨਾਮ ਕਰੇਗਾ ਨਾਮ। ਤੇ ਹੁਣ ਸੰਸਾਰ ਤੇ ਵਿਚਰਦਿਆਂ ਵਿਚਰਦਿਆਂ ਜੇ ਕੋਈ ਪਿਛਲਾ ਕਰਮ ਉੱਪਰ ਆ ਗਿਆ, ਗਰੀਬੀ ਆ ਗਈ, ਤੇ ਉਸ ਵੇਲੇ ਵੀ ਡੋਲਣਾ, ਨਾਮ ਦਾ ਓਟ ਆਸਰਾ ਲੈ, ਨਾਮ 'ਚ ਇੰਨੀ ਸਮਰੱਥ ਹੈ ਤੇਰੇ ਦਸਾਂ ਸਾਲਾਂ ਦੀ ਗਰੀਬੀ ਨੂੰ ਦਸਾਂ ਮਿੰਟਾਂ 'ਚ ਵੀ ਕੱਟ ਸਕਦਾ। ਹੱਕ ਵਾਹਿਗੁਰੂ, ਦਸਾਂ ਮਿੰਟਾਂ ਦੀ ਗਰੀਬੀ ਨੂੰ ਦਸਾਂ ਸਕਿੰਟਾਂ 'ਚ ਵੀ ਕੱਟ ਸਕਦਾ, ਤੇ ਸੁਪਨੇ 'ਚ ਵੀ ਕੱਟ ਸਕਦਾ। ਨਾਮ ਦੀ ਤਾਕਤ ਨਵ ਨਿਧੀ, 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਖਿਰਦੇ ਸਦਾ ਵਸਾਏ। ਪਿਆਰੇ ਹੋ, ਅੱਜ ਨਹੀਂ ਵੀ ਸੰਗਤ ਬੈਠੀ ਹੈ, ਇਹ ਨਾਮ ਦੀਆਂ ਵਡਿਆਈਆਂ। ਤੇ ਜੇ ਸੰਸਾਰ 'ਚ ਵਿਚਰਦਿਆਂ ਵਿਚਰਦਿਆਂ ਨਿੰਦਿਆ ਕਰਨ ਵਾਲੇ ਆ ਗਏ, ਉਹਨਾਂ ਤੋਂ ਵੀ ਰਾਖੀ ਨਾਮ। ਸੋ ਗੁਰਮੁਖ ਨਾਮ ਜਪਿਆ ਵੱਡ ਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਤੇ ਪਿਆਰੇ ਉਹ ਅਖੀਰਲਾ ਵੇਲਾ ਜਿਹੜਾ ਸਭ ਤੇ ਆਉਣਾ ਹੀ ਹੈ, ਤੇ ਉਸ ਵੇਲੇ ਵੀ ਜੇ ਕਿਤੇ ਨਾਮ ਪੱਲੇ ਹੋਏਗਾ, ਤੇ ਜਮਾਂ ਤੋਂ ਵੀ ਰਾਖੀ ਸਾਡੀ ਕਰੇਗਾ ਨਾਮ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ, ਤੇ ਕੇਵਲ ਇੱਥੇ ਹੀ ਬਸ ਨਹੀਂ,
ਮਰਨ ਤੋਂ ਬਾਅਦ ਵੀ ਪਿਆਰਿਓ ਜਦੋਂ ਦਰਗਾਹ 'ਚ ਜਾਏਗਾ, ਮਹਾਂਪੁਰਖ ਕਿਹਾ ਕਰਦੇ ਸੀ ਉਹ ਦਰਗਾਹ 'ਚ ਵੀ ਬਾਹਾਂ ਮਾਰਦਾ ਜਾਏਗਾ, ਕਿਸੇ ਦੀ ਮਜਾਲ ਨਹੀਂ, ਤੇਰੇ ਵੱਲ ਕੋਈ ਵੇਖ ਵੀ ਜਾਵੇ ਜੇ ਪੱਲੇ ਨਾਮ ਹੋਏਗਾ। ਰੇਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦੇਉ ਪਿਆਰਿਓ, ਪਰ ਕਦੋਂ ਜੇ ਆਪਣੇ ਜੀਵਨ ਨੂੰ ਨਾਮ ਵਾਲੇ ਪਾਸੇ ਲਾਵਾਂਗੇ। ਆਓ ਧੰਨ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੋਹਣੇ ਸੱਚੇ ਬਾਬਾ ਜੀ ਸਾਨੂੰ ਬਾਣੀ ਦੇ ਵਿੱਚ ਸਮਝਾ ਰਹੇ ਨੇ, ਅਸੀਂ ਸਮਝਣਾ ਕਰੀਏ, ਗੁਰੂ ਮਿਹਰ ਕਰੇ, ਗੁਰੂ ਬਖਸ਼ਿਸ਼ ਕਰੇ। ਆਓ ਆਪਣੇ ਮਨ ਨੂੰ ਦਈਏ ਗਿਆਨ, ਕੋਈ ਵੀ ਰਸਨਾ ਖਾਲੀ ਨਾ ਰਹੇ ਜੀ।